ਮੇਰੇ ਦੋਸਤੋ, ਤੁਹਾਨੂੰ ਪਤਾ ਮੈਂ ਕਲੱਚ ਪਲੇਟ ਤਬਦੀਲ ਕਰਨ ਦਾ, ਚੇਂਜ ਕਰਨ ਦਾ ਮੁਕੰਮਲ ਤਰੀਕਾ ਦੱਸ ਰਿਹਾ ਮੇਰੇ ਦੋਸਤੋ। ਇਹਦਾ ਪਾਰਟਸ 1 ਤੁਸੀਂ ਪਹਿਲੇ ਵੇਖ ਲਿਆ, ਪਾਰਟ 1-2 ਇਹ ਵੀਡੀਓ ਲੰਬੀ ਨਾ ਹੋ ਜਾਵੇ ਮੇਰੇ ਦੋਸਤੋ, ਇਸ ਲਈ ਮੈਂ ਇਹਨੂੰ ਦੋ ਹਿੱਸਿਆਂ 'ਚ ਕੀਤੀ ਹੈ। ਬਹੁਤ ਹੀ ਫਾਇਦੇਮੰਦ ਵੀਡੀਓ, ਤਾਂ ਵੀਡੀਓ ਐਂਡ ਤੱਕਰ ਪੂਰੀ ਵੇਖਣਾ, ਵੀਡੀਓ ਛੱਡ ਕੇ ਨਾ ਜਾਣਾ। ਇਨਸ਼ਾਅੱਲਾ ਤੁਹਾਨੂੰ ਫਾਇਦਾ ਹੀ ਫਾਇਦਾ ਹੋਏਗਾ। ਤੁਸੀਂ ਵੇਖ ਰਹੇ ਹੋ ਸੰਘਾੜਿਆਂ ਦਾ ਖਾਧਾ, ਤਰਫੀ ਦਾ ਆਖਿਆ ਬਾਅਦ 'ਚ ਪਤਾ ਲੱਗਦਾ। ਹਮੇਸ਼ਾ ਦੀ ਤਰ੍ਹਾਂ ਇੱਕੋ ਹੀ ਰਿਕੁਐਸਟ, ਜਿਹੜਾ ਮੇਰੇ ਚੈਨਲ 'ਤੇ ਨਵਾਂ, ਮੇਰੇ ਚੈਨਲ ਸਬਸਕ੍ਰਾਈਬ ਕਰੇ, ਲਾਈਕ ਕਰੇ ਅਤੇ ਸ਼ੇਅਰ ਕਰੇ। ਮੇਰੇ ਦੋਸਤੋ, ਪਿਛਲੀ ਵੀਡੀਓ 'ਚ ਤੁਸੀਂ ਦੇਖਿਆ ਹੋਣਾ, ਮੈਂ ਖਰਾਦ ਮਸ਼ੀਨ ਤੋਂ ਫਿੰਗਰ ਦਾ, ਕਲੱਚ ਪਲੇਟ ਦਾ ਮੂੰਹ ਸਾਫ਼ ਕਰਾ ਕੇ ਲਿਆਇਆ ਸੀ, ਫੇਸ ਸਹੀ ਕਰਾਇਆ ਸੀ। ਅਤੇ ਮੇਰੇ ਦੋਸਤੋ, ਤੁਸੀਂ ਮੁਕੰਮਲ ਘਰ ਬੈਠੇ ਕਲੱਚ ਪਲੇਟ ਤਬਦੀਲ ਹੁੰਦੀ ਵੇਖੋ, ਔਰ ਤਬਦੀਲ ਕਰਨ ਦਾ ਤਰੀਕਾ ਵੀ ਹੈ, ਅਤੇ ਫਿੰਗਰ, ਕਲੱਚ ਪਲੇਟ, ਫਰਾਈ ਵੀਲ, ਬੈਰੰਗ ਇਹ ਕਿਸ ਤਰ੍ਹਾਂ ਤਬਦੀਲ ਹੁੰਦੇ ਨੇ, ਕਿਸ ਤਰ੍ਹਾਂ ਇਹਦਾ ਕੰਮ ਹੁੰਦਾ। ਲਓ ਮੇਰੇ ਦੋਸਤੋ, ਤੁਸੀਂ ਵੀਡੀਓ ਦਾ ਬਾਕੀ ਹਿੱਸਾ ਵੇਖੋ। ਸਮੋਸਾ ਖਾਈਏ, ਸਮੋਸਾ ਦੇ ਮਾਲ ਵਾਲਿਆਂ ਦਾ ਅੱਛਾ ਹੁੰਦਾ, ਲੈ ਕੇ ਆਉਂਦਾ ਤਾਂ ਫਿਰ ਤੁਹਾਨੂੰ ਵੇਖ ਆਹ ਬੰਦਾ ਨੇ ਵੇਖੋ, ਇੱਕ ਸਮੋਸਾ ਤੇ ਚਟਨੀ ਕਿੰਨੀ, ਕਹਿੰਦਾ ਯਾਰ ਸਮੋਸਾ ਹੋਣਾ ਮਜ਼ਾ, ਚਟਨੀ ਤੁਸੀਂ ਖਾਓਗੇ ਤਾਂ ਫਿਰ ਹੀ ਤੁਹਾਨੂੰ ਪਤਾ ਲੱਗੇਗਾ। ਲਓ ਮੇਰੇ ਦੋਸਤ, ਲਓ ਜੀ ਖਾ ਕੇ ਦੱਸ ਰਹੇ, ਇਹਨਾਂ ਦਾ ਮਜ਼ਾ ਵੀ ਹੈ ਕਿ ਨਹੀਂ। ਪਹਿਲੀ ਦਫ਼ਾ ਖਾਣ ਲੱਗੇ ਮਿੱਲਤ ਚੌਂਕ ਦੇ ਜਮਾਲ ਜਮਾਲ ਸਮੋਸੇ ਵਾਲੇ। ਮੇਰੇ ਦੋਸਤੋ, ਖਾਣੇ ਦੇ ਵਕਫੇ ਤੋਂ ਬਾਅਦ ਅਸੀਂ ਫੇਰ ਆ ਗਏ ਹਾਂ। ਤੁਹਾਨੂੰ ਪਤਾ ਅਸੀਂ ਸਮੋਸੇ ਖਾ ਕੇ ਆਏ ਹਾਂ ਦੁਪਹਿਰ, ਸਮੋਸੇ ਬਹੁਤ ਮਜ਼ੇਦਾਰ ਸੀ, ਜਮਾਲ ਵਾਲਿਆਂ ਦੇ ਮਿੱਲਰ ਚੌਂਕ, ਅੱਛੇ ਸਮੋਸੇ ਸੀ, ਬਿਹਤਰੀਨ ਸਮੋਸੇ ਸੀ, ਅਤੇ ਬਾਰਿਸ਼ ਵੀ ਹੁਣ ਹਲਕੀ ਹਲਕੀ ਹੋ ਰਹੀ ਸੀ, ਅਤੇ ਬਾਰਿਸ਼ ਵਿੱਚ ਤੁਹਾਨੂੰ ਪਤਾ ਸਮੋਸੇ ਖਾਣ ਦਾ ਆਪਣਾ ਹੀ ਮਜ਼ਾ ਹੈ। ਮੇਰੇ ਦੋਸਤੋ, ਪਤਾ ਲੱਗਿਆ ਜਿਹੜੇ ਉਹ ਕਲੱਚ ਪਲੇਟ ਖਿਲਾਣੀ ਹੈ ਤਾਂ ਇਹਦਾ ਬੈਰੰਗ ਹਮੇਸ਼ਾ ਨਵਾਂ ਹੀ ਪਵਾਉਣਾ। ਵੇਖੋ ਆਹ ਨਵੇਂ ਜਿਵੇਂ ਪਵਾਇਆ, ਬਿਲਕੁਲ ਬੈਰੰਗ ਫ੍ਰਿਜ ਦੇ ਨਾਲ ਬਿਲਕੁਲ ਆਰਾਮ ਨਾਲ ਪੈ ਗਿਆ। ਸਾਡੇ ਦੋਸਤੋ, ਇਹ ਸੀਲ 'ਚ ਅਕਸਰ ਲੋਕ ਅੰਦਰ ਜਾਂ ਸੀਲ ਕੱਢਣ ਲੱਗੇ ਆ, ਮੋਬਲਾ ਲੀਕ ਹੋਏਗਾ, ਤੇਲ ਲੀਕ ਹੋਏਗਾ। ਦੇਖੋ ਸੀਲ ਕੱਢੀਏ, ਕੋਈ ਤੇਲ ਆਇਆ ਬਾਹਰ? ਉਹ ਕਹਿੰਦਾ ਜੀ ਤੇਲ ਪੂਰਾ ਕਰਕੇ ਤਾਂ ਫਿਰ ਤੁਸੀਂ ਬਦਲਾਉਣਾ। ਇਹ ਜਦੋਂ ਚੱਲਣਾ ਫਿਰ ਤੇਲ ਇੱਧਰ ਆਉਣਾ ਬਾਹਰ, ਤਾਂ ਫਿਰ ਤੇਲ ਲੀਕ ਹੋਣਾ। ਹਾਂਜੀ ਉਦੋਂ ਸਟਾਰਟ ਮੇਰੇ ਦੋਸਤੋ, ਸੀਲ ਤੋਂ ਬਾਅਦ ਆਪ ਫਲਾਈ ਵੀ ਲੱਗਣਾ,
ਫਿਰ ਕਲੱਚ ਡਰਾਈਵਰ ਸਾਫ ਕਰ ਰਹੇ ਹਨ। ਦੋਸਤੋ ਇਹ ਆ ਗਿਆ ਫਰਾਈਬੀਨ ਤੋਂ ਬਾਅਦ ਜੀ ਕਲੱਚ ਪਲੇਟ। ਹਾਂਜੀ ਲਓ ਜੀ ਆਹ ਮੇਰੇ ਦੋਸਤੋ ਆਹ ਕਲੱਚ ਪਲੇਟ ਦੇ ਇਹਦੇ ਕਿੰਨੇ ਨੇ ਚਾਰ ਕਾਬਲੇ ਛੇ ਕਾਬਲੇ ਮੇਰੇ ਦੋਸਤੋ ਇਹਦੇ ਜੀ ਇਹ ਦੇਖੋ ਮੈਂ ਫਿਰ ਯਾਦ ਆ ਨਹੀਂ ਕਰਾਵਾਂ ਪਹਿਲੇ ਸੀਲ ਫਿਰ ਫਰਾਈ ਵੀਲ ਜਿਹਦੇ ਉੱਤੇ ਆ ਕਲੱਚ ਪਲੇਟ ਚੱਲਣੀ ਹੈ ਇਹ ਹੁਣ ਕਲੱਚ ਪਲੇਟ ਆ ਗਈ ਜਾਂ ਸਾਹਮਣੇ ਰਾਡ ਆ ਰਹੇ ਦੇ ਅੱਗੇ ਫਿਰ ਆ ਜਾਏਗਾ ਗੇਅਰ ਬਕਸਾ ਅਤੇ ਫਿਰ ਕੰਮ ਆਪਣਾ ਖਤਮ ਹੋ ਜਾਏਗਾ ਇਨਸ਼ਾਅੱਲਾ ਫਿਰ ਆ ਗੋਡੇ ਛੋਟੇ ਅਤੇ ਆ ਸਾਰਾ ਪੁਰਾ ਦੇਖੋ ਗੇਅਰ ਬਕਸਾ ਲੱਗਣਾ ਅਤੇ ਆਪਣਾ ਕੰਮ ਜਿਹੜਾ ਯੈਸ ਹੋ ਜਾਣਾ ਅਤੇ ਫਿਰ ਅਸੀਂ ਮੌਸਮ ਅੱਛਾ ਹੈ ਅਤੇ ਮੌਸਮ ਅੱਛੇ ਬਾਰਿਸ਼ ਇੰਜੋਏ ਕਰਨ ਵਾਸਤੇ ਫਿਰ ਬਾਹਰ ਨਿਕਲ ਜਾਣਾ ਔਰ ਜਿਹੜਾ ਮੇਰਾ ਚੈਨਲ ਬਣਾਵਾਂ ਹਮੇਸ਼ਾ ਹੀ ਤਰ੍ਹਾਂ ਇੱਕੋ ਹੀ ਗੱਲ ਮੇਰੇ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਸ਼ੇਅਰ ਕਰੋ। ਮੇਰੇ ਮੇਰੇ ਦੋਸਤੋ ਤੁਹਾਡੇ ਲਈ ਐਡੀ ਮਿਹਨਤ ਕਰਕੇ ਟਾਈਮ ਆਪਣਾ ਕੱਢ ਕੇ ਨਹੀਂ ਤਾਂ ਵੈਸੇ ਹੀ ਉਹਨੂੰ ਕਹਿੰਦਾ ਉਹਨੂੰ ਕਲੱਚ ਪਲੇਟ ਅਤੇ ਸੀਲ ਵਗੈਰਾ ਡਾਲ ਲੈਣੀ ਸੀ ਸਿਰਫ ਆਪਣੇ ਲਵਲੀ ਵਿਵਰਸ ਲਈ ਦੋਸਤਾਂ ਲਈ ਉਹਨਾਂ ਦੇ ਨੌਲੇਜ ਲਈ ਇਹ ਵੀਡੀਓ ਬਣਾ ਰਿਹਾ ਹੁਣ ਇਸ ਵੀਡੀਓ 'ਚ ਉਮੀਦ ਇਨਸ਼ਾਅੱਲਾ ਤੁਹਾਨੂੰ ਪਸੰਦ ਆਏਗੀ। ਇਹਦੇ 'ਚ ਮੈਂ ਤੁਹਾਨੂੰ ਇਹ ਮੇਨ ਸੀਲ ਕਿੱਥੇ ਉਹ ਵਹਾਈਏ ਕਲੱਚ ਪਲੇਟ ਵਹਾਇਆ ਔਰ ਫਿੰਗਰ ਪਲੇਟ ਵਹਾਈਏ ਬੈਰਿੰਗ ਵਹਾਇਆ ਉਹ ਤਬਦੀਲ ਕਰਨ ਦਾ ਤਰੀਕਾ ਸਾਰਾ ਵਹਾਇਆ ਆਹ ਵੇਖੋ ਗੇਅਰ ਬਕਸਾ ਹੈ ਹੁਣ ਗੇਅਰ ਬਕਸਾ ਨੂੰ ਮੇਰੇ ਦੋਸਤੋ ਇਹ ਲਗਾਉਣ ਲੱਗੇ ਨੇ ਤੁਹਾਨੂੰ ਬਿਲਕੁਲ ਤਰਤੀਬ ਨਾਲ ਵਹਾ ਰਿਹਾ ਗੇਅਰ ਬਕਸੇ ਤੋਂ ਬਾਅਦ ਇੱਕ ਆਹ ਫਿਨਿਸ਼ਨ ਆ ਗਿਆ ਅਤੇ ਇਹ ਫਿਨਿਸ਼ਨ ਦੇ ਥੱਲੇ ਦਾ ਫਰੇਮ ਲਾਇਆ ਫਿਨਿਸ਼ਨ ਔਰ ਇਹ ਵੀ ਫਿਨਿਸ਼ਨ ਫਿਰ ਦੂਜਾ ਫਿਰ ਇੱਧਰ ਫਿਨਿਸ਼ਨ ਫਿਰ ਉੱਧਰ ਦੀ ਫਿਰ ਇਹਨੂੰ ਤਾਂ ਬੈਟਰੀ ਆਏਗੀ ਅਤੇ ਫਿਰ ਉਹ ਮੇਰੇ ਦੋਸਤੋ ਆਹ ਸਲਵ ਵੀ ਕੱਸਿਆ ਗਿਆ ਅਤੇ ਪਤਾ ਬਿਲਕੁਲ ਠੀਕ ਸੀ ਪੈਟਰੋਲ ਨਾਲ ਸਾਫ ਕਰਕੇ ਅਤੇ ਲਾ ਦਿੱਤਾ ਕਿਉਂਕਿ ਸਲਵ ਠੀਕ ਸੀ ਨਾ ਸਲਵ ਦਾ ਤਾਂ ਕੋਈ ਮਸਲਾ ਨਹੀਂ ਸੀ ਆ ਲੁਪੀਆਂ ਛੁੱਪੀਆਂ ਦਾ ਉਹ ਸਹੀ ਤਰ੍ਹਾਂ ਕਰਕੇ ਲਾ ਦਿੱਤਾ। ਦੋਸਤੋ ਆਹ ਸਲਵ ਦੇਖੋ ਆਹ ਫਿੱਟ ਕਰਤਾ ਇਹਦੇ ਪਿੱਛੇ ਗ੍ਰਿਪ ਲੱਗਦਾ ਹੁੰਦਾ ਗ੍ਰਿਪ ਲਗਵਾਵਾਂਗੇ ਬਿਲਕੁਲ ਉਹਦੀਆਂ ਪਿੰਨਾਂ ਬਿਲਕੁਲ ਸਹੀ ਲਗਵਾਉਣੀਆਂ ਨੇ ਅਗਰ ਇੱਕ ਅੱਧੀ ਕੋਈ ਲੂਜ਼ ਰਹਿ ਜੇ ਤਾਂ ਸਲਫ ਦੀ ਗਰਾਰੀ ਜਿਹੜੀ ਸਲਿੱਪ ਹੋਏਗੀ ਤਾਂ ਤੁਹਾਡਾ ਸਲਫ ਖਰਾਬ ਹੋ ਜਾਏਗਾ। ਇਹ ਬੜੇ ਧਿਆਨ ਨਾਲ ਅਤੇ ਬੜੇ ਪਿਆਰ ਦੇ ਨਾਲ ਸਲਫ ਦੀ ਨਾ ਪਿੰਨਾਂ ਲਗਾਉਣੀਆਂ ਚਾਹੀਦੀਆਂ ਨੇ। ਮੇਰੇ ਦੋਸਤੋ ਆ ਮੇਰੇ ਮਗਰਾੜ ਨਾ ਖੱਬੀ ਸਾਈਡ ਦੀ ਆ ਸ਼ੀਟ ਫਟੀ ਹੋਈ ਸੀ ਇਹ ਵੀ ਲਗਵਾ ਲਈਏ ਲਾਜ਼ਮੀ ਲਗਵਾਇਆ ਕਰੋ ਤਾਂ ਕਿ ਪਾਣੀ ਮਿੱਟੀ ਘੱਟਾ ਉੱਪਰ ਇੱਥੇ ਆਉਣਾ ਆਹ ਛੋਟਾ ਗੋਡਾ ਜਿਹੜਾ ਨਾ ਆਹ ਛੋਟਾ ਗੋਡਾ ਮੇਰੇ ਦੋਸਤੋ ਇੱਥੇ ਆਉਣਾ ਬਾਕੀ ਵੇਖ ਲਓ ਗੇਅਰ ਬਕਸਾ ਫਿੱਟ ਹੋ ਗਿਆ ਆਹ ਗੱਡ ਵੀ ਫਿੱਟ ਹੋ ਗਈ ਕੰਡੀਸ਼ਨ ਵੀ ਫਿੱਟ ਹੋ ਗਿਆ ਆਹ ਆਹ ਵੱਡਾ ਐਕਸਲ ਆਹ ਕੰਘੀ ਦਾ ਜੀ ਹਾਂਜੀ ਇਹ ਕੰਘੀ ਦਾ ਫੰਡੀਸ਼ਨ ਆ ਕੰਘੀ ਵੀ ਫਿੱਟ ਹੋ ਗਈ ਉਹ ਇੱਕ ਤਾਂ ਫੰਡੀਸ਼ਨ ਲੱਗਣਾ ਅਗਲਾ ਜਿਹੜਾ ਹੁਣ ਆਹ ਸ਼ੀਟ ਹੈ ਆਹ ਸ਼ੀਟ ਵੀ ਮੇਰੇ ਦੋਸਤੋਂ ਪਾਉਣ ਲੱਗਿਆ ਵੀ ਪਾ ਲੈਣੀ ਚਾਹੀਦੀ ਹੈ
ਆ ਵੇਖੋ ਥੋੜ੍ਹੀ ਜਿਹੀ ਟੁੱਟੀ ਹਾਲ ਆ, ਸਾਰਾ ਪਾਣੀ ਮਿੱਟੀ ਸਾਰੀ ਆ ਸ਼ਾਖਾਂ ਦੇ ਅਤੇ ਇੱਧਰਲੀ ਸਾਈਡ 'ਤੇ ਜਾਂਦੀ ਹੈ, ਲਾਜ਼ਮੀ ਹੈ ਨਾ ਪਾਉਣੀ ਚਾਹੀਦੀ। ਦੋਸਤੋ ਆ ਵੇਖੋ ਆਹ ਕੰਡੀਸ਼ਨ ਹੈ, ਇਹਦੇ 'ਤੇ ਵੀ ਤੇਲ ਦੇ ਡਿੱਗ ਡਿੱਗ ਨੇ, ਇਹਦੇ 'ਤੇ ਲੀਕ ਹੁੰਦਾ ਸੀ, ਆਹ ਚੰਗੀ ਤਰ੍ਹਾਂ ਆਹ ਸਾਫ਼ ਕਰ ਲਿਆ ਤੇਲ ਇਹਦੇ ਥੱਲੇ ਲੱਗੇਗਾ। ਦੋਸਤੋ ਇੰਨੀ ਮਿਹਨਤ ਨਾਲ ਤੁਹਾਡੇ ਲਈ ਵੀਡੀਓ ਬਣਾਈ ਦੀ ਹੈ, ਵੀਡੀਓ ਤੁਹਾਨੂੰ ਲਈ ਮਿਹਨਤ ਕਰੀ, ਤੁਹਾਡੇ ਨੌਲੇਜ ਵੀ ਬਣਾਈ ਦੀ, ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜ਼ਰੂਰ, ਲਾਈਕ ਕਰਨਾ, ਸ਼ੇਅਰ ਵੀ ਕਰਨਾ। ਦੋਸਤੋ ਦੇਖ ਲਓ ਵਸੀਮ ਭਾਈ ਨਾ ਖੁਦ ਨੀਚੇ ਖੁਦ ਕੰਮ ਕਰ ਰਹੇ ਨੇ, ਖੁਦ ਇਹਨੇ ਥੱਲੇ ਨੱਟ ਬੋਲਟ ਸਾਰੇ ਖੁਦ ਚੈੱਕ ਕੀਤੇ ਨੇ, ਔਰ ਬਾਰ ਬਾਰ ਸੀਲ ਤੋਂ ਲੈ ਕੇ ਫਲਾਈ ਵੀਲ, ਕਲੱਚ ਪਲੇਟ, ਫਿੰਗਰ, ਬੈਰੰਗ, ਗੇਅਰ ਬਕਸਾ ਖੁਦ ਭਾਈ ਨੇ ਫਿੱਟ ਕੀਤਾ, ਉਹ ਖੁਦ ਹੀ ਉਹਦੇ ਨੱਟ ਬੋਲਟ ਟਾਈਟ ਕੀਤੇ ਨੇ, ਆਪ ਹੀ ਚੈੱਕ ਕੀਤਾ, ਕੋਈ ਕਮੀ ਕੁਤਾਈ ਰਹਿਣ ਨਹੀਂ ਦਿੰਦਾ, ਕੰਮ ਇਹਦਾ ਤਸੱਲੀ ਵਾਲਾ ਹੁੰਦਾ, ਇਹ ਭਾਈ ਖੁਦ ਚੈੱਕ ਕਰਦਾ ਸਾਰੇ ਕੰਮ ਨੂੰ, ਕਰਨ ਤੋਂ ਬਾਅਦ ਵੀ ਖੁਦ ਬੈਟਰੀ ਦਾ ਤੇ ਮੁਕੰਮਲ ਹੋ ਗਈ, ਹੁਣ ਅਸੀਂ ਕੱਸ ਕੇ ਤੇ ਟਾਈਮ ਲਾ ਦੇਣਾ। ਅਸੀਂ ਕਿੱਥੇ ਲੱਗਣੇ ਹੀ ਨੇ, ਆਹ ਬੈਟਰੀ ਦਾ ਥੱਲੇ ਫਰੇਮ ਆ ਗਿਆ ਤੇ ਹੁਣ ਇਨਸ਼ਾਅੱਲਾ ਇਹਦੇ ਉੱਤੇ ਬੈਟਰੀ ਦੇ ਪਲਾਸਟਿਕ ਦੀ ਸ਼ੀਟ ਦੇ ਉੱਤੇ ਬੈਟਰੀ ਆ ਗਈ। ਦੋ ਮੇਰੇ ਦੋਸਤੋ ਅੱਲਾਹ ਦੇ ਫਜ਼ਲ ਨਾਲ, ਅੱਲਾਹ ਦੀ ਰਹਿਮਤ ਨਾਲ ਬੈਟਰੀ ਵੀ ਲੱਗ ਗਈ ਹੈ ਅਤੇ ਆਪਣਾ ਏਅਰ ਕਲੀਨਰ ਜਿਹੜਾ ਬੋਕਸ ਵੀ ਲੱਗ ਗਿਆ ਅਤੇ ਉਹਦੇ ਨਾਲ ਦੀ ਸ਼ੀਟ ਵੀ ਲੱਗ ਗਈ ਹੈ ਅਤੇ ਕੰਮ ਤਕਰੀਬਨ ਸਾਡਾ ਕੰਪਲੀਟ ਹੋ ਗਿਆ। ਹੁਣ ਕੋਲਡ ਵਾਟਰ ਇਹਦੇ ਪਾਉਣਾ, ਕੋਲਡ ਵਾਟਰ ਅਤੇ ਕੇਅਰ ਆਇਆ ਉਹ ਚੈੱਕ ਕਰਨਾ ਅਤੇ ਆਹ ਫੋਕਲੈਟ ਨਹੀਂ ਸੀ ਚੱਲਦੀ, ਆ ਗ੍ਰਿਪ ਲਾਇਆ ਨਾ ਫੋਕਲੈਟ ਦਾ, ਲਓ ਜੀ ਅੱਜ ਜੈਨੂ ਜਨਾਬ ਗ੍ਰਿਪ ਦਾ ਫੋਕਲੈਟ ਆਏ ਦਿਨ ਫਰਿਆ ਰਹਿੰਦਾ ਸੀ, ਤਾਂ ਜੈਨੂ ਨੂੰ ਲਾਤਾ ਮੁੰਡਾ ਲਾ ਦੇ। ਦੋਸਤੋ ਮੇਰਾ ਥੋੜ੍ਹਾ ਜਿਹਾ ਘੱਟ ਸੀ ਅਤੇ ਹੱਥ ਦਾ ਜਿਹਾ ਪੁੱਟਾ ਘੱਟ ਦਿੱਤੇ ਆ, ਆਪਣੇ ਪੁੱਟ ਲੱਗ ਗਿਆ ਅਤੇ ਪਾਣੀ ਵੀ ਫਿੱਟ ਹੋ ਗਈ, ਅਲਹਮਦੁਲਿਲਾ ਸਾਰਾ ਕੰਮ ਹੋ ਗਿਆ। ਦੋਸਤੋ ਆਹ ਛੋਟੀ ਜਿਹੀ ਇੱਕ ਟਿੱਕੀ ਪਹਿਲੇ ਹੈ ਨਹੀਂ ਸੀ, ਆਹ ਛੋਟੀ ਜਿਹੀ ਸਿਰਫ 500 ਰੁਪਏ ਦੀ, ਇੰਨੀ ਮਹਿੰਗਾਈ, ਠੀਕ ਹੈ ਲਾ ਲਓ ਭਾਈ। ਲਓ ਮੇਰੇ ਦੋਸਤੋ ਅੱਲਾਹ ਦੇ ਫਜ਼ਲ ਨਾਲ, ਅੱਲਾਹ ਦੀ ਰਹਿਮਤ ਨਾਲ ਰੋਡ 'ਤੇ ਪੈ ਗਏ ਹਾਂ, ਡਰਾਈਵ ਲੈਣ ਵਾਸਤੇ ਅਸੀਂ ਬਾਹਰ ਨਿਕਲੇ ਹਾਂ, ਕੰਮ ਸਾਰਾ ਹੋ ਗਿਆ ਬੜਾ ਜ਼ਬਰਦਸਤ ਅਤੇ ਮੇਰੇ ਦੋਸਤੋ ਅਤੇ ਅਸੀਂ ਡਰਾਈ ਲੈ ਲਈਏ, ਕੋਈ ਫਿੱਟ ਨਹੀਂ ਹੋ ਗਈ ਮਾਸ਼ਾਅੱਲਾ ਗੱਡੀ, ਮਾਸ਼ਾਅੱਲਾ ਠੀਕ। ਲਓ ਜੀ ਭਾਈ ਆ ਵਸੀਮ ਹੈ, ਇਹਨਾਂ ਨੇ ਕੀਤੀ ਮਾਸ਼ਾਅੱਲਾ ਜੀ ਬੜੀ ਮਿਹਨਤ ਕੀਤੀ, ਸੁਬਾਹ ਦੇ ਲੱਗੇ ਹੈ ਅਤੇ ਮੈਂ ਅਤੇ ਤੁਹਾਡਾ ਆਪਣਾ ਵੀ ਰਫੀਗੁੰਦ, ਸੁਬਾਹ ਦਾ ਜਨਾਬ ਨਾਸ਼ਤਾ ਕੀਤਾ, ਰੋਟੀ ਵੀ ਨਹੀਂ ਖਾਧੀ, ਤੈਨੂੰ ਪਤਾ ਗੱਡੀ ਦਾ ਕੋਈ ਮਸਲਾ ਹੋਵੇ ਅਤੇ ਰੋਟੀਆਂ ਖਾਣੀਆਂ ਪੀਣੀਆਂ ਸਾਰੀਆਂ ਭੁੱਲ ਜਾਂਦੀਆਂ, ਕਿਉਂ ਭਾਈ ਸੀਮ? ਹਾਂਜੀ ਹਾਂਜੀ, ਸੁਬਾਹ ਮੈਂ ਕਿਹਾ ਆ ਜਾਓ ਯਾਰ, 9 ਵਜੇ ਨਾਲ ਟਾਈਮ ਦਿੱਤਾ ਸੀ, ਮੈਂ ਸਗੋਂ 10 ਮਿੰਟ ਲੇਟ ਹੋਇਆ ਅਤੇ ਫਜ਼ਲ ਦਾ ਅੱਲਾਹ ਦੀ ਰਹਿਮਤ ਨਾਲ ਕੰਮ ਹੋ ਗਿਆ, ਟਰਾਈ ਵੀ ਹੋ ਗਈ, ਭਾਈ ਨੂੰ ਉਤਾਰਤਾ ਮੇਰੇ ਦੋਸਤੋ, ਆਹ ਵੇਖੋ ਬਾਰਿਸ਼ ਵੀ ਹੋ ਰਹੀ ਹਲਕੀ ਹਲਕੀ, ਨਹੀਂ ਪਤਾ ਕਲੱਚ ਪਲੇਟ ਕੀ ਹੁੰਦੀ ਹੈ, ਕਿਵੇਂ ਤਬਦੀਲ ਕਰਨੀ ਹੈ, ਅਤੇ ਉਹ ਮੇਰੇ ਚੈਨਲ ਨੂੰ ਦੇਖਣ, ਇਹਦੇ ਉੱਤੇ ਮੈਂ ਥੰਬਨੇਲ 'ਤੇ ਵੀ ਲਿਖਦੇ ਹਾਂ,
ਕਲੱਚ ਪਲੇਟ ਕੈਸੇ ਤਬਦੀਲ ਕਰੇ। ਤਾਂ ਮੇਰੇ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਮੇਰਾ ਤੁਹਾਡਾ ਸਭ ਦਾ ਅੱਲਾ ਨਿਗਹਿਬਾਨ, ਅੱਲਾ ਹਾਫਿਜ਼, ਬਾਏ ਬਾਏ।